ਹੈਲੋ, ਸਤਿ ਸ਼੍ਰੀ ਅਕਾਲ ਬਾਪੂ ਜੀ। ਬਾਪੂ ਜੀ, ਅਸੀਂ ਨਸ਼ਾ ਛਡਾਊ ਕੇਂਦਰ ਤੋਂ ਬੋਲਦੇ ਪਏ ਹਾਂ। ਤੁਹਾਡਾ ਬੇਟਾ ਅਰਸ਼ਦੀਪ ਜੋ ਸਾਡੇ ਕੋਲ ਇੱਥੇ ਦਾਖਲ ਹੋਇਆ ਸੀ, ਬਾਪੂ ਜੀ ਉਹਦੀ ਹਾਲਤ ਅੱਗੇ ਨਾਲੋਂ ਜ਼ਿਆਦਾ ਵਿਗੜਦੀ ਜਾ ਰਹੀ ਆ। ਉਹਨੂੰ ਨਸ਼ੇ ਦੀ ਤੋੜ ਕੁਛ ਜ਼ਿਆਦਾ ਲੱਗਦੀ ਪਈ ਆ, ਇਸ ਕਰਕੇ ਉਹਨੂੰ ਸੰਭਾਲਣਾ ਸਾਡੇ ਵੱਸੋਂ ਬਾਹਰ ਹੋ ਚੁੱਕਿਆ ਹੈ। ਕਿਰਪਾ ਕਰਕੇ ਬਾਪੂ ਜੀ ਆ ਕੇ ਉਹਨੂੰ ਤੁਸੀਂ ਇੱਥੋਂ ਲੈ ਜਾਓ, ਕਿਉਂਕਿ ਉਹਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਜਾ ਰਿਹਾ ਹੈ। ਦਿਨੋ ਦਿਨ ਉਹਦੀ ਹਾਲਤ ਹੋਰ ਜ਼ਿਆਦਾ ਵਿਗੜਦੀ ਜਾ ਰਹੀ ਹੈ। ਸੋ ਪਲੀਜ਼ ਤੁਸੀਂ ਆ ਕੇ ਇੱਕ ਵਾਰ ਸਾਡੇ ਸੈਂਟਰ 'ਚ ਉਹਨੂੰ ਆ ਕੇ ਇੱਥੋਂ ਲੈ ਜਾਓ। ਸਾਲਾ ਮੇਰੇ ਪੁੱਤ ਦੇ, ਸਾਲਾ ਅਰਸ਼ ਦੇ, ਉਹ ਪੁੱਤ ਰੱਖ ਨੇ ਥੱਲੇ, ਉਹ ਨੇਰ ਪਾ ਦੇ ਨੇਰ, ਉਹ ਪਿਓ ਦਾ ਨਾਂ ਰੋਸ਼ਨ ਕਰਨਾ, ਕਬੱਡੀ ਦਾ ਖਿਡਾਰੀ ਬਣਾਉਣਾ ਆਪਣੇ ਪੁੱਤ ਨੂੰ ਕਬੱਡੀ ਦਾ, ਇਹ ਕਿੱਦਾਂ ਨੇਰ ਪਾਉਂਦਾ ਈ ਓ, ਨੇਰ ਪਾਉਂਦਾ ਈ ਓ। ਮਿਲਖਾ ਸਿੰਘ ਕੌਣ ਆ ਜੀ? ਆ ਜਾਓ ਅੰਦਰ। ਮਿਲਖਾ ਸਿੰਘ ਜੀ ਆ ਗਏ ਜੀ, ਬੈਠੋ ਜੀ, ਆ ਜਾਓ, ਤੁਹਾਨੂੰ ਤੁਹਾਡੇ ਪੁੱਤ ਨੇ ਮਿਲਾ ਦੇਵਾਂ, ਆ ਜਾਓ। ਓਹੋ ਪਾਪਾ ਜੀ, ਤੁਸੀਂ ਨਾ ਇੱਥੇ ਇੱਕ ਮਿੰਟ ਵੇਟ ਕਰੋ, ਮੈਂ ਨਾ ਇੱਕ ਮਿੰਟ ਆਫਿਸ 'ਚ ਹੋਵਾਂ ਅਤੇ ਫਾਈਲ ਲੈ ਆਵਾਂ, ਠੀਕ ਆ? ਆਪਣੇ ਕੋਲ ਲੱਗਣੇ ਨਹੀਂ। ਜੱਟ ਨਾਲ ਬੈਠਾ, ਜੱਟ ਨਾਲ
ਮਕਾ ਕੇ ਉੱਠਣਾ ਮਕਾ ਕੇ ਨਾ ਵੀ ਨਾ ਵੀਰੇ, ਮੇਰੀ ਤਾਂ ਬਿਲਕੁਲ ਕਪੈਸਿਟੀ ਹੈ ਹੀ ਨਹੀਂ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਗਰ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਅੰਮ੍ਰਿਤ ਸੰਚਾਰ ਹੋਣਾ ਹੈ। ਜਿਸ ਵੀ ਮਾਈ ਭਾਈ ਨੇ ਅੰਮ੍ਰਿਤ ਛਕਣਾ ਹੋਵੇ ਉਹ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣੇ ਨਾਮ ਦਰਜ ਕਰਵਾ ਦੇਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਚੰਗਾ, ਮੈਂ ਚੱਪਲ ਪਾ ਕੇ ਆਇਆ। ਅਰਸ ਅੰਮ੍ਰਿਤ ਨੇ ਕੀ ਦੇਣਾ, ਮੈਂ ਛਕਣਾ ਆ। ਪੁੱਤ ਖਾ ਪੀਆ ਕਰ, ਸਿਹਤ ਬਣੂ, ਪਹਿਲਵਾਨ ਬਣਾਉਣਾ ਆਪਣੇ ਪੁੱਤ ਨੂੰ ਪਹਿਲਵਾਨ। ਮੈਂ ਨੀ, ਮੈਂ ਛਕਣਾ ਛਕਣਾ ਆ। ਮੈਂ ਤੇਰੀ ਬੇਬੇ ਨੂੰ ਕਹਿ ਕੇ ਅੰਦਰ ਬੰਦ ਕਰਵਾ ਦੇਣਾ ਤੈਨੂੰ। ਮੈਂ ਛਕਣਾ ਆ। ਮਿਲਖਾ ਸਾਹਿਬ ਮੁੰਡਾ ਕੀ ਕਹਿੰਦਾ ਸੀ, ਬੜੀ ਜਿਦ ਕਰਨ ਡਿਆ ਸੀ। ਮੰਗੇ ਮੁੱਠਾ ਲੈਂਦਾ, ਕਹਿੰਦਾ ਅੰਮ੍ਰਿਤ ਛਕਣਾ ਵਾ। ਅੰਮ੍ਰਿਤ ਛਕਣਾ ਕੋਈ ਮਾੜੀ ਗੱਲ ਥੋੜੀ ਹੈ, ਜੀਵਨ ਸੁਧਰ ਜਾਂਦਾ ਹੈ। ਆਹ ਕਿਹੜੇ ਪੰਗੇ ਚ ਪਏ ਤੁਸੀਂ? ਕੁਝ ਖਾਏ ਪੀਏਗਾ ਤੇ ਭਲਵਾਨ ਬਣੇਗਾ। ਇਹ ਕੰਜਰਖਾਨਾ ਤੁਹਾਡਾ ਮੁੱਕਣਾ ਨੀ ਗਾ, ਤੁਸੀਂ ਆਪਣੇ ਕੰਜਰਖਾਨੇ ਚ ਲੱਗੇ ਰਹੋ, ਆਪਾਂ ਚੱਲੇ। ਉਹ ਜਾ ਜਾ ਉਹ ਜਾ ਜਾ ਕੇ ਤੂੰ ਵੀ ਅੰਮ੍ਰਿਤ ਛਕ, ਨਾਲੇ ਮੁੰਡੇ ਨੂੰ ਸਿਖਾ। ਚੱਲ ਤੈਨੂੰ ਅੰਦਰ ਬੰਦ ਕਰਾ, ਤੈਨੂੰ ਮੈਂ ਅੰਮ੍ਰਿਤ ਛਕਾਉਂਦਾ। ਚੱਲ ਚੱਲ ਤੈਨੂੰ ਅੰਦਰ ਬੰਦ ਕਰਦਾ। ਚੱਲ ਚੱਲ ਅੰਦਰ, ਚੱਲ ਅੰਦਰ, ਕੁਝ ਖਾਏ ਪੀਏਗਾ ਤੇ ਭਲਵਾਨ ਬਣੇਗਾ। ਅੰਮ੍ਰਿਤ ਛਕਣਾ ਤੇ ਭਲਵਾਨ ਤੇਰੇ ਪਿਓ ਨੇ ਬਣਨਾ। ਚੱਲ ਅੰਦਰ। ਖੇਡਣ ਦੇ ਬੜਾ ਤਗੜਾ ਦੇ, ਪਰ ਇਹਨਾਂ ਨੂੰ ਮਿਹਨਤ ਦੀ ਬੜੀ ਲੋੜ ਆ। ਕੱਲ ਜਿਹੜੀ ਟੀਮ ਆਉਣੀ ਨਾ, ਏਡੀ ਤਗੜੀ ਏਡੀ ਤਗੜੀ ਆ, ਇਹਨਾਂ ਨੂੰ ਕਿੱਥੇ ਖੇਡਿਆ ਜਾਣਾ ਯਾਰ। ਉਹ ਕੋਈ ਗੱਲ ਨੀ, ਮਿਹਨਤ ਮਾਰਨ ਡੇ ਆ, ਰੱਬ ਰਾਖਾ। ਰੱਬ ਨੀ ਰਾਖਾ, ਰਾਖੀ ਤੇ ਆਇਆ। ਮਾਰੀਏ ਫਿਰ ਆਵਾਜ਼, ਕਰਦੇ ਸਲਾਹ। ਉਹ ਲਾਡੀ ਉਰਾ ਛੇਤੀ ਆਓ। ਆਓ ਯਾਰ। ਓ ਹਾਂਜੀ ਭਲਵਾਨ ਜੀ। ਯਾਰ ਕੱਲ ਦੇ ਮੈਚ ਬਾਰੇ ਸਲਾਹ ਕਰਨੀ। ਦੱਸੋ। ਕੱਲ ਦੀ ਟੀਮ ਬਹੁਤ ਤਗੜੀ ਆ। ਤਾਂ ਕੀ ਆ, ਮਿਹਨਤ ਆਪਣੀਆਂ ਵੀ ਚੱਲਣ ਡੀਆਂ ਵਾ। ਮਿਹਨਤਾਂ ਤਾਂ ਬਹੁਤ ਠੀਕ ਆ, ਪਰ ਜਿਹੜੀ ਆਹ ਚੀਜ਼ ਇੰਨੀ ਇੰਨੀ ਲਾ ਲੋਗੇ ਨਾ, ਨਜ਼ਾਰਾ ਯਾਰ ਹੀ ਬਣ ਜਾਣਾ। ਓ ਨਾ ਨਾ ਭਰਾ, ਵਾਹਿਗੁਰੂ ਵਾਹਿਗੁਰੂ। ਨਾ 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 ਨਾ, ਕੀ ਚੀਜ਼ ਆ ਵੀਰੇ। ਨਾ 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 ਨਾ, ਜਿਹੜੀ ਗੱਲ ਗਲਤ ਗਲਤ। ਨਹੀਂ ਤੇ ਆ ਪਿਸਤੌਲਾਂ ਵੀ ਤੇ ਆਇਆ। ਤੂੰ ਖਾੜੇ ਚ ਕੱਢ ਸਮਾਨ, ਕੱਢ ਕੱਢ ਚੱਕੋ। ਆਈ ਤਿਆਰੀ, ਆ ਵੀ ਚੱਕੋ। ਆਈਓ ਨਜ਼ਾਰੇ, ਆਈ ਜਾਂਦੇ ਨਜ਼ਾਰੇ, ਜਾਈ ਜਾਂਦੇ ਆ।
ਬਾਪੂ ਜੀ ਕੀ ਹੋਇਆ ਬਾਪੂ ਜੀ? ਸੇਰਾ ਮੇਰੀ ਲਾਈ ਕੁੰਡੀੜ ਮੇਰੇ ਪੁੱਤ ਨੂੰ ਮੇਰੇ ਗੁਰੂ ਤੋਂ ਵੱਖ ਕਰਦਾ। ਜੇ ਮੈਂ ਹੋਸਟਲ ਤੇ ਕੁੰਡੀ ਨਾ ਲਾਉਂਦਾ ਤੇ ਮੈਨੂੰ ਆ ਦਿਨ ਵੇਖਣ ਨੂੰ ਨਾ ਮਿਲਦਾ। ਮਿੱਤਰੋ ਇਹ ਜਿਹੜੀ ਸਾਡੀ ਵੀਡੀਓ ਕੁੰਡੀ ਆਪ ਦੇਖ ਰਹੇ ਹੋ ਇਹ ਨਸ਼ਿਆਂ ਦੇ ਖਿਲਾਫ ਹੈ। ਬੇਨਤੀ ਇਹੋ ਹੀ ਹੈ ਸਾਰੇ ਵੀਰ ਭੈਣ ਭਰਾਵਾਂ ਨੂੰ ਕਿ ਆਪ ਵੀ ਅੰਮ੍ਰਿਤ ਛਕੋ, ਆਪਣੇ ਬੱਚਿਆਂ ਨੂੰ ਵੀ ਛਕਾਵੋ ਜੋ ਕਿ ਸਾਡੇ ਬੱਚੇ ਇਹ ਨਸ਼ਿਆਂ ਤੋਂ ਦੂਰ ਰਹਿ ਸਕਣ ਜੀ। ਇਹਨੀ ਇੱਕ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।